ਬਿਲਕੁਲ, ਕਿਸਾਨਾਂ ਦਾ ਅੱਜ ਮੈਸੇਜ ਹੈ ਕਿ ਪੂਰਾ ਭਾਰਤ ਬੰਦ ਹੈ ਔਰ ਕਾਂਗਰਸ ਪਾਰਟੀ ਨੇ ਵੀ ਕੇਂਦਰ ਨੇ ਸਾਡੀ ਕੇਸੀ ਵੇਣੁਗੋਪਾਲ ਜੀ ਨੇ ਸਰਕੂਲਰ ਜਾਰੀ ਕੀਤਾ ਕਿ ਪੂਰੇ ਦੇਸ਼ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਅਸੀਂ ਕਾਂਗਰਸ ਜਥੇਬੰਦੀਆਂ ਦਾ ਸਮਰਥਨ ਕਰਨਾ। ਸੋ ਉਸੇ ਤਰ੍ਹਾਂ ਹੀ ਅੱਜ ਮੈਂ ਤੇ ਲੱਕੀ ਜੀ ਸਾਰੇ ਪੰਜਾਬ ਭਰ ਦੇ ਵਿੱਚ ਅਸੀਂ ਪ੍ਰਦਰਸ਼ਨ ਕਰ ਰਹੇ ਨੇ। ਸਾਡੇ ਲੋਕ ਇਸੇ ਤਰ੍ਹਾਂ ਹੀ ਬੀਜੇਪੀ ਦੇ ਕਾਰਿਆਲੇ ਦੇ ਬਾਹਰ ਬੈਠ ਕੇ ਪ੍ਰਦਰਸ਼ਨ ਕਰ ਰਹੇ ਨੇ ਔਰ ਅੱਜ ਅਸੀਂ ਚੰਡੀਗੜ੍ਹ ਵਿਖੇ ਹਰਿਆਣਾ ਬੀਜੇਪੀ ਦੇ ਕਾਰਿਆਲੇ ਦੇ ਬਾਹਰ ਬੈਠ ਕੇ ਅਸੀਂ ਸ਼ਾਂਤੀਪੂਰਵਕ ਪ੍ਰਦਰਸ਼ਨ ਕਰ ਰਹੇ ਸੀ ਜਿੱਥੇ ਕੋਈ ਪੁਲਿਸ ਸਾਨੂੰ ਇੱਥੇ ਲਿਆਈਏ, ਕਿਉਂਕਿ ਹਰਿਆਣਾ ਪੁਲਿਸ ਬਹੁਤ ਜ਼ਿਆਸਤੀ ਤੇ ਧੱਕਾ ਕਰ ਰਹੀ ਹੈ ਪੰਜਾਬ ਦੇ ਲੋਕਾਂ ਨਾਲ। ਤੁਸੀਂ ਦੇਖੋ, ਅਸੀਂ ਬਾਰਡਰ ਕ੍ਰੋਸ ਨਹੀਂ ਕੀਤਾ, ਇਸ ਦੇ ਬਾਵਜੂਦ ਇੱਕ ਕਿਸਾਨ ਦੀ ਅੱਜ ਮੌਤ ਹੋ ਗਈ, ਅਥਰੂ ਗੈਸ ਦਾ ਗੋਲਾ ਲੱਗਣ ਨਾਲ ਉਹਦੀ ਮੌਤ ਹੋ ਗਈ ਹੈ। ਹੁਣ 302 ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹਰਿਆਣਾ ਪੁਲਿਸ ਤੇ ਔਰ ਹਰਿਆਣਾ ਦੇ ਗ੍ਰਹਿ ਮੰਤਰੀ ਤੇ। ਜਿਸ ਪ੍ਰਕਾਰ ਦਾ ਲਗਾਤਾਰ 3 ਦਿਨਾਂ ਦਾ ਤਸ਼ੱਦਦ ਹੋ ਰਿਹਾ ਹੈ, ਇਹ ਸਰਾਸਰ ਅਨਿਆਏ ਹੈ, ਧੱਕਾ ਹੈ। ਉਹਦੇ ਖਿਲਾਫ ਅਸੀਂ ਕਿਸਾਨ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਜਿਸ ਪ੍ਰਕਾਰ ਪੰਜਾਬੀਆਂ ਨੂੰ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਦਿੱਲੀ ਜਾਣ ਤੋਂ, ਉਹਦੇ ਖਿਲਾਫ ਅਸੀਂ ਸ਼ਾਂਤੀਪੂਰਕ ਪ੍ਰਦਰਸ਼ਨ ਕਿਸਾਨਾਂ ਦੇ ਸੁਨੇਹੇ ਤੇ ਔਰ ਆਪਦਾ ਫਰਜ਼ ਸਮਝਦੇ ਹੋਏ ਅੱਜ ਅਸੀਂ ਰੋਜ਼। ਤੁਸੀਂ ਲੈਟਰ ਵੀ ਦਿੱਤਾ ਹੈ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਰਾਜਾ ਵੜਿੰਗ ਜੀ ਕਹਿ ਰਹੇ ਹੈ ਕਿ ਉਹਨਾਂ ਤੇ ਪਰਚਾ ਹੋਣਾ ਚਾਹੀਦਾ। ਆਲਰੇਡੀ ਡੀਸੀ ਜਿਹੜੇ ਪਟਿਆਲਾ ਨੇ ਉਹਨਾਂ ਨੇ ਸਾਫ਼ ਤੌਰ ਤੇ ਇਤਰਾਜ਼ ਵੀ ਜਤਾਇਆ ਹਰਿਆਣਾ ਦੇ ਕਿ ਤੁਸੀਂ ਇਸ ਤਰ੍ਹਾਂ ਦੀ ਜਿਹੜੀ ਨਹੀਂ। ਤੁਸੀਂ ਮੈਨੂੰ ਇਹ ਦੱਸੋ ਕਿ ਇੱਕ ਬੰਦਾ ਮਰ ਗਿਆ ਅੱਜ ਅਥਰੂ ਗੈਸ ਦੇ ਗੋਲੇ ਨਾਲ, ਕੀ ਪਰਚਾ ਹੋਣਾ ਚਾਹੀਦਾ ਕਿ ਨਹੀਂ ਉਹਨਾਂ ਨੇ? ਸਾਡੀ ਸਰਜਮੀਨ ਤੇ ਡਰੋਨਸ ਦੇ ਰਾਹੀਂ ਗੋਲੀਆਂ ਚਲਾਈਆਂ ਜਾ ਰਹੀਆਂ ਅਥਰੂ ਗੈਸ ਦੀ ਆੜ ਦੇ ਵਿੱਚ। ਉੱਥੇ ਘੱਟ ਉਹ ਜਿਹੜਾ ਹੋਲ ਹੈ ਉਹ ਵੀ ਮਿਲੇ ਹੈ, ਖੋਲ ਮਿਲੇ ਹੈ। ਇੰਟਰਨੈਟ ਤੁਸੀਂ ਬੰਦ ਕਰਤਾ, ਕਿਸ ਆੜ ਚਾ ਕੇ ਇੰਟਰਨੈਟ ਤੁਸੀਂ ਪੰਜਾਬ ਦਾ ਬੰਦ ਕਰਤਾ? ਬਈ ਸਾਨੂੰ ਤਾਂ ਕੋਈ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ, ਹਜੇ ਤਾਂ ਬਾਰਡਰ ਕ੍ਰੋਸ ਹੀ ਨਹੀਂ ਕੀਤਾ।